ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ STF ਨੇ ਨਸ਼ਾ ਤਸਕਰਾਂ ਦੀ ਧਰ ਪਕੜ ਦੇ ਲਈ ਕਮਰ ਕਸੀ ਹੋਈ ਹੈ। ਇਸੇ ਦੇ ਚਲਦੇ ਨਸ਼ਾ ਤਸਕਰੀ ਕਰਨ ਵਾਲਿਆਂ ਨੂੰ ਦੱਬਣ 'ਚ ਉਹ ਕਾਮਯਾਬੀ ਵੀ ਹਾਸਲ ਕਰ ਰਹੀ ਹੈ। ਮੋਹਾਲੀ ਵਿਖੇ STF ਦੀ ਟੀਮ ਨੇ ਮਿਲੀ ਜਾਣਕਾਰੀ ਦੇ ਆਧਾਰ ਤੇ ਆਪਣਾ ਜਾਲ ਵਿਛਾਉਂਦੇ ਹੋਏ ਇੱਕ ਨਾਈਜੀਰੀਅਨ ਮਹਿਲਾ ਨੂੰ 1 ਕਿਲੋ ਹੈਰੋਇਨ ਦੇ ਨਾਲ ਕਾਬੂ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ। ਫੜੀ ਗਈ ਇਸ ਮਹਿਲਾ ਦਾ ਨਾਮ ਜੋਇਆ ਚੀਕਾ ਅਜੂਮਾ ਹੈ ਅਤੇ ਇਹ ਭਾਰਤ ਵਿਖੇ ਬਿਜ਼ਨਸ ਵੀਜ਼ਾ ਤੇ ਪੁੱਜੀ ਹੋਈ ਹੈ। ਇਸ ਤੋਂ ਪਹਿਲਾਂ ਵੀ ਇਹ ਮੋਹਾਲੀ ਵਿੱਚ ਹੈਰੋਇਨ ਦੀ ਵੱਡੀ ਖੇਪ ਦੀ ਸਪਲਾਈ ਕਰ ਚੁੱਕੀ ਹੈ। ਦਿੱਲੀ ਤੋਂ ਲੈ ਕੇ ਆਈ ਸੀਗੀ ਤੇ ਇਹਨੇ ਇੱਥੇ ਸਪਲਾਈ ਕਰਨੀ ਸੀ ਕਿਸੇ ਨੂੰ ਜੀ, ਲੇਕਿਨ ਸਾਡੇ ਕੋਲ ਇਨਫੋਰਮੇਸ਼ਨ ਪਹੁੰਚੀ ਤੇ ਇਥੋਂ ਤੋਂ ਬਾਅਦ ਅਸੀਂ ਕਾਰਵਾਈ ਕੀਤੀ ਤੇ ਅਸੀਂ ਨਾਲ ਦੀ ਨਾਲ ਇਹਨੂੰ ਕਾਬੂ ਕਰਕੇ ਤੋਂ 1 ਕਿਲੋ ਹੈਰੋਇਨ ਜਿਹੜੀ ਹੈਗੀ ਬਰਾਮਦ ਕੀਤੀ ਹੈ। ਇਹਨੇ ਮੁੱਢਲੀ ਪੁੱਛਗਿੱਛ ਤੇ ਦੱਸਿਆ ਕਿ ਇਹ ਨਾਈਜੀਰੀਆ ਦੀ ਰਹਿਣ ਵਾਲੀ ਹੈ ਤੇ ਤ੍ਰਿਪੁਰਾ ਅਸਾਮ 'ਚ ਇਹ ਕੱਪੜੇ ਦਾ ਕੰਮ ਕਰਦੀ ਹੈ ਜੀ, ਤੇ ਇਹ ਅੱਜ ਦੂਜੀ ਵਾਰੀ ਇੱਕ ਵੱਡੀ ਖੇਪ ਲੈ ਕੇ ਇੱਥੇ ਸਮਗਲਿੰਗ ਕਰਨ ਆਈ ਸੀਗੀ, ਹੈਰੋਇਨ ਦੇਣ ਆਈ ਸੀ ਕਿਸੇ ਨੂੰ।